ਚੈਪਟਰ 6ਵਾਂ ਅਧਿਆਇ 6ਵਾਂ ਨਵਾਂ ਚੈਪਟਰ ਹੈ ਲਾਈਨਸ ਐਂਡ ਐਂਗਲਸ ਰੇਖਾਵਾਂ ਅਤੇ ਕੋਣ ਦੀ ਸ਼ੁਰੂਆਤ ਕਰਨ ਲਈ ਦੋ ਗੱਲਾਂ। ਇੱਕ ਸ਼ਬਦ ਕੀ ਹੈ ਲਾਈਨਸ ਮਤਲਬ ਰੇਖਾ, ਏਦਾਂ ਦੀਆਂ ਲਾਈਨਾਂ, ਠੀਕ ਹੈ। ਇੱਕ ਲਾਈਨ ਏਦਾਂ ਦੀ, ਦੂਜੀ ਲਾਈਨ ਏਦਾਂ, ਠੀਕ ਹੈ। ਇੱਕ ਸ਼ਬਦ ਹੈ ਕੋਣ, ਕੋਣ ਜਿਹੜੀਆਂ ਦੋ ਲਾਈਨਾਂ ਦੇ ਵਿਚਕਾਰ ਬਣਦੇ ਹੈ, ਇੱਕ ਲਾਈਨ ਆ ਰਹੀ, ਇੱਕ ਲਾਈਨ ਆ ਰਹੀ, ਜਿਹੜਾ ਇਹਦੇ ਵਿਚਕਾਰ ਫਰਕ ਹੈ, ਦੂਰੀ ਹੈ, ਉਹਨੂੰ ਕੀ ਕਹਿੰਦੇ ਆ ਕੋਣ, ਐਂਗਲ। ਹੁਣ ਆਪਾਂ ਨੂੰ ਸਵਾਲ ਦਿੱਤਾ ਕੀ ਹੈ ਐਂਗਲ ਏ ਓ ਸੀ, ਏ ਓ ਸੀ ਐਂਗਲ ਨੂੰ ਕਿਵੇਂ ਪੜ੍ਹਨਾ। ਪਹਿਲਾਂ ਮੈਂ ਇਹ ਦੱਸਣ ਲੱਗੀ ਕਿ ਤੁਹਾਨੂੰ ਰਕਮ ਪੜ੍ਹਨੀ ਆਵੇ ਕੀ ਹੁੰਦਾ, ਏ ਓ ਸੀ ਆ ਨਿਸ਼ਾਨ ਕਾਹਦਾ, ਐਂਗਲ ਦਾ ਕੋਣ, ਐਂਗਲ ਦਾ ਨਿਸ਼ਾਨ ਐਵੇਂ ਪੈਂਦਾ। ਹੁਣ ਕਿਹੜਾ ਐਂਗਲ ਦੀ ਗੱਲ ਕੀਤੀ ਹੈ, ਏ ਓ ਸੀ, ਤਾਂ ਪਹਿਲਾਂ ਵਿੱਚ ਵਾਲਾ ਦੇਖਣਾ, ਵਿੱਚ ਵਾਲਾ ਕੀ ਲਿਖਿਆ ਤਾਂ ਓ ਹੈ, ਪਰ ਹੁਣ ਉਹਦੇ ਤੇ ਇੱਕ ਆ ਵੀ ਬਣਦਾ ਹਨਾ, ਇੱਕ ਆ ਵੀ ਬਣਦਾ ਤੇ ਇੱਕ ਆ ਵੀ ਬਣਦਾ। ਇਹਨਾਂ ਨੇ ਕਿਹੜੀ ਗੱਲ ਕੀਤੀ ਹੈ ਓ, ਪਰ ਆਸੇ ਪਾਸੇ ਕਿਹੜੀ, ਕਿੱਥੋਂ ਤੱਕ ਜਾਵੇ ਏ ਤੇ ਸੀ ਤੱਕ, ਤਾਂ ਓ ਤੋਂ ਸੀ ਆ ਰਿਹਾ, ਏ ਆ ਰਿਹਾ, ਤਾਂ ਯਾਨੀ ਕਿ ਕਿਹੜੀ ਗੱਲ ਕੀਤੀ ਗਈ ਹੈ ਏ ਸਕੂਲ, ਠੀਕ ਹੈ। ਏ ਓ ਸੀ ਯਾਨੀ ਕਿ ਆਵਲਾ ਕੋਣ, ਵਨ ਨੰਬਰ ਕੋਣ। ਅੱਗੇ ਪਲੱਸ ਬੀ ਓ ਈ, ਓ ਆ ਰਿਹਾ, ਕਿਹੜੇ ਕਿਹੜੇ ਪਾਸੇ ਜਾਣਾ, ਬੀ ਤੇ ਈ, ਬੀ ਆ ਰਿਹਾ ਤੇ ਈ ਆ ਰਿਹਾ, ਯਾਨੀ ਕਿ ਆਵਲਾ ਕੋਣ ਟੂ ਨੰਬਰ। ਹੁਣ ਉਹ ਕਹਿੰਦਾ ਇੱਕ ਪਲੱਸ ਦੋ ਜਿਹੜਾ ਹੈਗਾ ਉਹਦਾ ਜੋੜ ਉਹਨਾਂ ਨੇ ਕਿੰਨਾ ਦਿੱਤਾ, ਸੱਤਰ ਡਿਗਰੀ, ਤੇ ਬੀ ਓ ਡੀ, ਓ ਆ ਰਿਹਾ, ਬੀ ਆ ਰਿਹਾ ਤੇ ਡੀ ਆ ਰਿਹਾ, ਯਾਨੀ ਕਿ ਆਹ ਜਿਹੜਾ ਹੈਗਾ ਥ੍ਰੀ ਨੰਬਰ ਕੋਣ, ਇਹ ਕਿੰਨਾ ਦਿੱਤਾ, ਰਕਮ ਵਿੱਚ ਜੋ ਜੋ ਉਹਨਾਂ ਨੇ ਦਿੱਤਾ ਸੀ ਮੈਂ ਉਹ ਇੱਥੇ ਲਿਖ ਲਿਆ। ਹੁਣ ਆਪਾਂ ਪਤਾ ਕੀ ਕਰਨਾ, ਕੋਣ ਬੀ ਓ ਈ, ਯਾਨੀ ਕਿ ਉਹ ਆ ਰਿਹਾ, ਬੀ ਕਿੱਥੇ ਆ ਰਿਹਾ, ਬੀ ਤੇ ਆ ਰਿਹਾ ਈ, ਯਾਨੀ ਕਿ ਆਪਾਂ ਦੋ ਨੰਬਰ ਕੋਣ ਦਾ ਮੁੱਲ ਪਤਾ ਕਰਨਾ। ਇੱਥੇ ਆਪਾਂ ਨੂੰ ਇੱਕ ਪਲੱਸ ਦੋ ਦਿੱਤਾ, ਇੱਕ ਪਲੱਸ ਦੋ ਦਿੱਤਾ ਨਾ 170 ਡਿਗਰੀ, ਉਹਦੇ ਚੋਂ ਆਪਾਂ ਨੂੰ ਪਹਿਲਾਂ ਦੋ ਦਾ ਮੁੱਲ ਪਤਾ ਕਰਨਾ ਕਿਵੇਂ। ਜੇ ਆਪਾਂ ਨੂੰ ਇਹ ਪਤਾ ਚੱਲ ਜਾਏ ਕਿ ਇੱਕ ਕੋਣ ਕਿੰਨਾ, ਤਾਂ 70 ਚੋਂ ਘਟਾ ਦਾਂਗੇ, ਦੋ ਦਾ ਮੁੱਲ ਆ ਜਾਊਗਾ, ਐਵੇਂ ਹੈ। ਮੰਨ ਲਓ ਇਸ ਗੱਲ ਨੂੰ ਕਿ ਮੰਨ ਲਓ ਮੈਂ ਇੱਥੇ ਮੰਨ ਲਓ ਕਿ ਇਹਦਾ 35 ਡਿਗਰੀ ਮੁੱਲ ਆ ਗਿਆ, ਤਾਂ ਦੋ ਦਾ ਪਤਾ ਕਰਨਾ, ਆਪਾਂ ਦਾ ਮੁੱਲ ਦੋ ਦਾ ਪਤਾ ਕਰਨਾ ਨਾ, ਤੇ 70 ਚੋਂ 35 ਘਟਾਵਾਂਗੇ, ਜਵਾਬ ਆ ਜਾਊਗਾ, ਆ ਜਾਊਗਾ, ਠੀਕ ਹੈ। ਇੱਥੇ ਇਹ ਲਾਣੀ, ਪਰ ਹੁਣ ਇਸਦਾ ਮਤਲਬ ਗੱਲ ਕਿੱਥੇ ਆ ਗਈ ਕਿ ਆਪਾਂ ਨੂੰ ਕਿੰਨਾ ਮੁੱਲ ਲੱਭਣਾ ਪੈਣਾ, ਦੋ ਦਾ ਲੱਭਣਾ, ਪਰ ਉਹਦੇ ਲਈ ਚਾਹੀਦਾ ਕਿੰਨਾ ਲੱਭਣਾ, ਇੱਕ ਦਾ। ਜਿੰਨੀ ਦੇਰ ਤੱਕ ਇੱਕ ਦਾ ਮੁੱਲ ਨਹੀਂ ਪਤਾ ਚੱਲੂਗਾ, ਦੋ ਦਾ ਮੁੱਲ ਨਹੀਂ ਪਤਾ ਚੱਲਣਾ, ਤਾਂ ਇੱਕ ਦਾ ਮੁੱਲ ਕਿਵੇਂ ਦੇਖੀਏ, ਧਿਆਨ ਨਾਲ ਦੇਖਿਓ। ਆਪਾਂ ਪਿਛਲੀਆਂ ਕਲਾਸਾਂ 'ਚ ਕੁਝ ਕੋਣ ਕੀਤੇ ਸੀ, ਸ਼ਿਖਰ ਸਨਮੁਖ ਕੋਣ ਯਾਦ ਹੈ, ਸ਼ਿਖਰ ਸਨਮੁਖ ਕੋਣ, ਵਰਟੀਕਲੀ ਓਪੋਜ਼ਿਟ ਐਂਗਲ, ਯਾਦ ਹੈ ਇਹਦਾ ਮਤਲਬ, ਥੋੜਾ ਜਾਂ ਕੋਈ ਤੁੱਕਾ ਕੋਈ ਲਾ ਸਕਦਾ ਹੋਵੇ, ਸਨਮੁਖ ਦਾ ਮਤਲਬ ਕੀ ਹੁੰਦਾ, ਓਪੋਜ਼ਿਟ ਸਾਹਮਣੇ, ਤਾਂ ਆਮਣੇ ਸਾਹਮਣੇ ਵਾਲੇ ਕੋਣਾਂ ਨੂੰ ਆਪਾਂ ਕੀ ਕਹਿੰਦੇ ਹਾਂ, ਸ਼ਿਖਰ ਸਨਮੁਖ ਕੋਣ, ਯਾਨੀ ਕਿ ਵਰਟੀਕਲੀ ਓਪੋਜ਼ਿਟ ਐਂਗਲ। ਅੱਛਾ, ਹੁਣ ਆ
ਇੱਕ ਦੇ ਦਿਨ ਆਮਣੇ ਸਾਹਮਣੇ, ਹਾਂਜੀ ਆਮਣੇ ਸਾਹਮਣੇ, ਜਿਵੇਂ ਮੇਰੇ ਸਾਹਮਣੇ ਨਵਜੋਤ ਖੜਾ ਤੇ ਅਸੀਂ ਆਮਣੇ ਸਾਹਮਣੇ ਹੋ ਗਏ ਨਾ, ਤਾਂ ਉਵੇਂ ਹੀ ਇੱਕ ਦੇ ਸਾਹਮਣੇ ਤਿੰਨ ਹੈ ਨਾ, ਤਿੰਨ ਦਿਖ ਰਿਹਾ ਕਿ ਨਹੀਂ? ਮੰਨਦੇ ਹੋ? ਤਾਂ ਇਸਦਾ ਮਤਲਬ ਜਦੋਂ ਆਪਾਂ ਇੱਥੇ ਲਿਖਾਂਗੇ ਹੱਲ ਵਿੱਚ ਕਿ ਇੱਕ ਕੋਣ ਤਿੰਨ ਕੋਣ ਦੇ ਬਰਾਬਰ ਹੈ, ਤਿੰਨ ਕੋਣ ਦਾ ਮੁੱਲ ਕਿੰਨਾ ਦਿੱਤਾ ਹੈ 40 ਡਿਗਰੀ, ਤਾਂ ਇਸਦਾ ਮਤਲਬ ਇੱਕ ਕੋਣ ਦਾ ਮੁੱਲ ਕਿੰਨਾ ਹੋ ਗਿਆ 40, ਤਾਂ ਇੱਥੇ ਫਿਰ ਇੱਕ ਦਾ 40 ਭਰਾਂਗੇ ਤਾਂ ਦੋ ਦਾ ਮੁੱਲ ਕਿੰਨਾ ਆ ਜਾਊਗਾ 1740 ਘਟਾਵਾਂਗੇ ਕਿੰਨਾ ਆਊਗਾ 30 ਡਿਗਰੀ। ਹੁਣ COE ਦਾ ਮੁੱਲ ਆ ਗਿਆ, ਹੁਣ ਇੱਕ ਕੱਢਣਾ ਹੈਗਾ COE ਦਾ ਰਿਫਲੈਕਸ ਐਂਗਲ, ਇੱਥੇ ਕੱਲਾ BOE ਦਿੱਤਾ ਸੀ, ਇੱਥੇ CO ਦੇ ਅੱਗੇ ਲਿਖਿਆ ਰਿਫਲੈਕਸ, ਪੰਜਾਬੀ ਚ ਵੀ ਰਿਫਲੈਕਸ ਲਿਖਿਆ ਹੋਣਾ ਨਾ। ਰਿਫਲੈਕਸ ਦਾ ਮਤਲਬ ਹੈ ਕਿ ਜਿੰਨਾ COE ਦਾ ਮੁੱਲ ਹੈ ਉਹਨੂੰ 360 ਚੋਂ ਘਟਾ ਕੇ ਦੱਸੋ ਕਿੰਨਾ ਹੈ, ਸਮਝ ਲਾ ਕੀ? ਰਿਫਲੈਕਸ ਦਾ ਮਤਲਬ ਹੈ ਕਿ ਜਿੰਨਾ ਇਹਦਾ ਆਪਦਾ ਮੁੱਲ ਹੈ ਉਹਨੂੰ ਕਿੰਨੇ ਚੋਂ ਘਟਾ ਕੇ ਦੱਸਣਾ ਹੈ। ਹੁਣ COE ਦੱਸਣਾ ਆਈ ਹੈ, ਚਾਰ ਨੰਬਰ ਕੋਣ ਦੱਸਣਾ ਮੁੱਲ ਹਨਾ, ਇਹਦਾ ਰਿਫਲੈਕਸ ਦੱਸਣਾ, ਤਾਂ ਦੇਖੋ 360 ਡਿਗਰੀ ਲਈ ਆ ਪੂਰਾ ਚੱਕਰ 360 ਡਿਗਰੀ ਦਾ ਹੁੰਦਾ ਮੰਨਦੇ ਹੋ? ਪੂਰਾ ਚੱਕਰ 360 ਡਿਗਰੀ ਦਾ ਹੁੰਦਾ ਮੰਨਦੇ ਹੋ? ਤਾਂ ਆ ਕੋਣ ਕੋਈ ਦਿਖ ਰਿਹਾ ਕਿ ਕਿਹੜਾ ਕੋਣ ਬਣਦਾ? 90 180, ਕਿਉਂ ਨਹੀਂ? ਸਿੱਧੀ ਲਾਈਨ ਤੇ ਜਿਹੜਾ ਕੋਣ ਹੁੰਦਾ ਕਿੰਨੀ ਡਿਗਰੀ ਦਾ ਹੁੰਦਾ? ਤੇ ਜੇ ਮੈਂ ਆਹ ਦੋ ਲਾਈਨਾਂ ਵਟਾ ਦਾ ਤੇ ਬਿਲਕੁਲ ਸਿੱਧਾ ਕੋਣ ਬਣਦਾ? 180 ਚੋਂ ਇਹ ਦੋਵਾਂ ਦਾ ਜੋੜ 70 ਹੈ, ਤਾਂ 70 180 ਚੋਂ 70 ਘਟਾ ਦਾਂਗੇ 4 ਦਾ ਜਵਾਬ ਆ ਜੂਗਾ। ਪਰ ਆਪਾਂ ਨੂੰ ਰਿਫਲੈਕਸ ਚਾਹੀਦਾ, ਉਸ 4 ਦੇ ਜਵਾਬ ਨੂੰ ਕਿੰਨੇ ਚੋਂ ਘਟਾਵਾਂਗੇ? 360 ਜਵਾਬ ਆ ਜੂ, ਸਮਝ ਲਾ ਕੇ ਕੀ ਕਰਨਾ? ਹਾਂਜੀ, ਪਹਿਲਾਂ ਆਪਾਂ ਕਿਹੜਾ ਕੱਢਣਾ ਕੋਣ? ਦੋ ਲਈ ਆਪਾਂ ਕਿਹੜੇ ਕਿੰਨਾ ਮੁੱਲ ਕੱਢਾਂਗੇ? ਇੱਕ ਦਾ ਮੁੱਲ ਕਿਵੇਂ ਆਊਗਾ? ਇੱਕ 3 ਦੇ ਬਰਾਬਰ ਹੈ ਤਾਂ ਇੱਕ ਦਾ ਮੁੱਲ ਆ ਗਿਆ। ਫੇਰ ਆ ਪੂਰਾ ਕੋਣ ਕਿੰਨੇ ਡਿਗਰੀ ਦਾ? 180 ਦਾ। 180 ਚੋਂ ਆ ਦੋਵਾਂ ਦਾ ਜੋੜ ਘਟਾ ਦਾਂਗੇ 4 ਦਾ ਜਵਾਬ ਆ ਜੂ, ਤਾਂ 360 ਚੋਂ 4 ਦਾ ਜਵਾਬ ਘਟਾ ਦਾਂਗੇ ਉਹ ਆ ਜੂ। ਇੰਨੀ ਗੱਲ ਸਮਝ ਲੱਗ ਗਈ? ਹੁਣ ਆਪਾਂ ਲਿਖਣ ਲੱਗੇ, ਠੀਕ ਹੈ? ਸਭ ਤੋਂ ਪਹਿਲਾਂ ਲਿਖੋ ਗਿਵਨ ਇੰਗਲਿਸ਼ ਮੀਡੀਅਮ ਵਾਲੇ, ਪੰਜਾਬੀ ਮੀਡੀਅਮ ਵਾਲੇ ਲਿਖੋ ਦਿੱਤਾ ਹੈ, ਲਿਖੋ ਆ ਦੋ ਚੀਜ਼ਾਂ, ਕੋਣ AOC ਪਲੱਸ ਕੋਣ BOE ਬਰਾਬਰ 70 ਡਿਗਰੀ ਤੇ ਕੋਣ BOD ਬਰਾਬਰ 40 ਡਿਗਰੀ। ਅੱਗੇ ਪਤਾ ਕਰਨਾ ਹੈ ਟੂ ਫਾਈਂਡ, ਇੰਗਲਿਸ਼ ਮੀਡੀਅਮ ਵਾਲੇ ਕੀ ਲਿਖਣਗੇ? ਟੂ ਫਾਈਂਡ, ਇੱਥੇ ਲਿਖਣੀ ਹੈ ਗਿਵਨ। ਕੀ ਪਤਾ ਕਰਨਾ ਹੈ? ਕੋਣ BOE ਅਤੇ ਰਿਫਲੈਕਸ ਜਾਂ ਰਿਫਲੈਕਸ ਐਂਗਲ ਕਿਹੜਾ, ਕੋਣ CO, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਆ ਗਿਆ ਹੱਲ, ਸੋਲਿਊਸ਼ਨ ਕੀ ਹੈ? ਕੋਣ AOC ਬਰਾਬਰ ਕੋਣ BOD ਬਰਾਬਰ 40 ਡਿਗਰੀ, ਲਿਖਾਂਗੇ ਇੱਥੇ ਸ਼ਿਖਰ ਸਨਮੁਖ ਕੋਣ, ਤੁਸੀਂ ਲਿਖੋਗੇ ਵਰਟੀਕਲੀ ਓਪੋਜ਼ਿਟ ਐਂਗਲ, ਵਰਟੀਕਲੀ ਓਪੋਜ਼ਿਟ ਐਂਗਲ। ਤਾਂ ਹੁਣ ਇੱਥੇ ਚ ਲਿਖਾਂਗੇ ਕੋਣ AOC
ਪਲੱਸ ਕੋਨ ਬੀਓਈ ਬਰਾਬਰ 70 ਡਿਗਰੀ, 40 ਡਿਗਰੀ ਪਲੱਸ ਕੋਨ ਬੀਓਈ ਬਰਾਬਰ 70 ਡਿਗਰੀ, ਕੋਨ ਬੀਓਈ ਬਰਾਬਰ 70 ਮਾਈਨਸ 40 ਕਿੰਨੇ ਡਿਗਰੀ ਆ ਗਿਆ? 30 ਡਿਗਰੀ। ਹੁਣ ਉਸ ਤੋਂ ਬਾਅਦ ਲਿਖਾਂਗੇ ਕਿਉਂਕਿ ਕੋਨ ਏਓਸੀ ਪਲੱਸ ਕੋਨ ਸੀਓਈ ਪਲੱਸ ਕੋਨ ਬੀਓਈ ਇਜ਼ ਇਕੁਅਲ ਟੂ ਕਿੰਨੇ ਡਿਗਰੀ ਹੈ? 180 ਡਿਗਰੀ, ਕਿਉਂਕਿ ਸਰਲ ਕੋਨ ਹੈ, ਸਟ੍ਰੇਟ ਐਂਗਲ ਹੈ, ਤਾਂ ਇਸ ਕਰਕੇ ਏਓਸੀ ਦਾ ਮੁੱਲ ਕਿੰਨਾ ਆਪਣੇ ਕੋਲ? ਇਹਨਾਂ ਦਾ ਜੋੜ 70 ਡਿਗਰੀ ਪਲੱਸ ਕੋਨ ਸੀਓਈ ਬਰਾਬਰ 180 ਡਿਗਰੀ, ਕੋਨ ਸੀਓਈ ਬਰਾਬਰ 180 ਮਾਈਨਸ 70 ਕਿੰਨਾ ਆ ਗਿਆ? 110 ਡਿਗਰੀ। ਉਸ ਤੋਂ ਰਿਫਲੈਕਸ ਕੋਨ ਸੀਓਈ ਬਰਾਬਰ 360 ਮਾਈਨਸ 110 ਡਿਗਰੀ ਕਿੰਨਾ ਆ ਗਿਆ? 250